ਮੱਝਾਂ ਵਾਲੇ ਮੱਝਾਂ ਚਰਾ ਰਹੇ ਆ। ਅਸਲਾਮ ਵਾਲੇਕਮ, ਕੀ ਹਾਲ ਸਾਰਿਆਂ ਦਾ? ਅੱਛਾ ਜੀ, ਸਾਡੀ ਤਾਂ ਹਾਲਾਤ ਅੱਜ ਖਰਾਬ ਹੋਏ ਆ। ਕੱਲ੍ਹ ਕੀਤਾ ਅਸੀਂ ਤਕਰੀਬਨ 400 ਕਿਲੋਮੀਟਰ ਦਾ ਸਫ਼ਰ ਕੀਤਾ, 12 ਘੰਟੇ 13 ਘੰਟੇ ਲੱਗ ਗਏ ਸਾਡੇ, ਅਤੇ ਉਹ ਰਾਹ ਖਰਾਬ, ਰਸਤੇ ਖਰਾਬ, ਸਾਰੇ ਬੁਰੇ ਹਾਲਾਤ, ਉੱਧਰੋਂ ਗਰਮੀ 35-40 ਡਿਗਰੀ ਟੈਂਪਰੇਚਰ ਦੇ ਵਿੱਚ, ਅਤੇ ਅੱਜ ਤਾਂ ਤਬੀਅਤ ਇੱਦਾਂ ਹੋਈ ਆ ਵੀ ਬੜੇ ਬੁਰੇ ਹਾਲਾਤ ਹੋਏ, ਥਕਾਵਟ ਹੋਈ, ਦਰਦਾਂ ਹੋ ਰਹੀਆਂ, ਬੁਰੇ ਹਾਲਾਤ, ਕਿਤੇ ਪਾਸੇ ਜਾਣ ਨੂੰ ਕੋਈ ਦਿਲ ਨਹੀਂ ਕਰਨ ਡਿਆ। ਕੀ ਕੀਤਾ ਜਾਵੇ, ਕੀ ਕੀਤਾ ਜਾਵੇ ਇਸ ਥਕਾਵਟ ਦਾ, ਇਸ ਦਰਦ ਦਾ, ਜਿਹੜੀਆਂ ਹੋਣ ਰਹੀਆਂ ਜਿਸਮ ਵਿੱਚ, ਇਹਨਾਂ ਦਾ ਕੀ ਹੱਲ ਕੀਤਾ ਜਾਵੇ, ਇਹਦਾ ਕੋਈ ਸਲੂਸ਼ਨ ਦੱਸੋ ਮੈਨੂੰ। ਤਕਰੀਬਨ ਗਏ ਅਸੀਂ ਸੁਬਹਾ 5 ਵਜੇ ਨਿਕਲੇ ਇੱਥੋਂ, ਅਸੀਂ ਗਏ ਹਾਂ, ਪਹੁੰਚੇ ਹਾਂ 10:30 ਵਜੇ ਪਹੁੰਚੇ ਫੈਸਲਾ, ਯਾਨੀ ਕਿ ਟੋਭੇ ਜਾਣਾ ਸੀ, ਟੋਭਾ ਟੇਕ ਸਿੰਘ ਸਮੁੰਦਰੀ, ਅਤੇ ਉੱਥੇ ਗਏ ਹਾਂ। ਉਸ ਤੋਂ ਬਾਅਦ ਅਸੀਂ ਆਏ ਹਾਂ, ਸਮਝ ਲਓ ਜੀ 3 ਵਜੇ ਉੱਥੋਂ ਤੁਰੇ ਹਾਂ, ਤਾਂ ਰਾਤ 9:30 ਪਹੁੰਚੇ ਹਾਂ, ਤਾਂ ਸ਼ਦੀਦ ਗਰਮੀ ਬਸ ਅਤੇ ਬੁਰੇ ਹਾਲਾਤ, ਉਹਦੇ ਬਾਅਦ ਤਬੀਅਤ ਅਪਸੈਟ ਹੋਈ ਆ, ਤਾਂ ਕੀ ਕੀਤਾ ਜਾਵੇ, ਬੁਰੇ ਹਾਲਾਤ ਹੋਏ।